ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਖਬਰਾਂ ਦੇ ਤਾਜ਼ਾ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖਬਰੀ ਟਰੂਡੋ ਸਰਕਾਰ ਨੇ 2023 ਲਈ ਨੀਮਾ ਦੇ ਵਿੱਚ ਬਦਲਾਅ ਪਰਿਵਾਰ ਲੈ ਜਾਣਾ ਹੋਵੇਗਾ ਸਾਨ ਰੇਤੇ ਬਜਰੀ ਦੀਆਂ ਵਧੀਆਂ ਕੀਮਤਾਂ ਤੇ ਹਰਜੋਤ ਬੈਂਸ ਨੇ ਲੋਕਾਂ ਤੋਂ ਮੰਗੀ ਮੁਆਫੀ ਕਿਹਾ ਜਲਦ ਹੋਵੇਗਾ ਮਸਲਾ ਹੱਲ ਪੰਜਾਬ ਦੇ ਸਕੂਲਾਂ 'ਚ ਬਿਜਲੀ ਕਨੈਕਸ਼ਨ ਨੂੰ ਲੈ ਕੇ ਸਿੱਖਿਆ ਮੰਤਰੀ ਦਾ ਵੱਡਾ ਐਲਾਨ ਸਪਰੀਮ ਕੋਰਟ ਦੀ ਟਿੱਪਣੀ ਮਗਰੋਂ ਨਾਜਾਇਜ਼ ਸ਼ਰਾਬ ਤੇ ਪੰਜਾਬ ਸਰਕਾਰ ਕਰੇਗੀ ਵੱਡਾ ਐਕਸ਼ਨ ਪੰਜਾਬ ਪੁਲਿਸ ਦੇ ਆਪਕਾਰੀ ਅਧਿਕਾਰੀਆਂ ਨੇ ਬਣਾਈ ਰਣਨੀਤੀ ਕਾਂਗਰਸ ਹਿਮਾਚਲ ਦੇ ਵਿਧਾਇਕਾਂ ਨੂੰ ਆਪਰੇਸ਼ਨ ਲੋਟਸ ਤਹਿਤ ਰਾਜਸਥਾਨ ਭੇਜਣ ਦੀ ਯੋਜਨਾ ਬਣਾ ਰਹੀ ਸੂਤਰ ਪਾਵਰਕਾਮ ਵੱਲੋਂ ਘਰੇਲੂ ਅਤੇ ਗੈਰ ਹਸ਼ੀਖਾਤ ਕਰਨ ਦੇ ਬਿਜਲੀ ਲੋਡ ਵਧਾਉਣ ਦੀ ਤਿਆਰੀ ਭਾਜਪਾ ਦੀ ਜਿੱਤ ਨੂੰ ਦੇਖਦੇ ਹੋਏ ਕਾਂਗਰਸੀ ਆਗੂ ਨੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼ ਆਸਟ੍ਰੇਲੀਆ ਚ ਵਾਪਰਿਆ ਦਰਦਨਾਕ ਸੜਕ ਹਾਦਸਾ ਪੰਜਾਬੀ ਨੌਜਵਾਨ ਦੀ ਮੌਤ ਪਤਨੀ ਅਤੇ ਬੱਚੇ ਜ਼ਖਮੀ ਕੱਪੜਾ ਵਪਾਰੀ ਦੀ ਸੁਰੱਖਿਆ ਚ ਤਾਇਨਾਤ ਪੁਲਿਸ ਮੁਲਾਜ਼ਮ ਦੀ ਮੌਤ ਸੀਐਮ ਮਾਨ ਨੇ ਕੀਤਾ 2 ਕਰੋੜ ਰੁਪਏ ਦਾ ਐਲਾਨ ਸੰਤ ਸੀਚੇਵਾਲ ਨੇ ਰਾਜ ਸਭਾ ਚ ਚੁੱਕਿਆ ਪਾਣੀ ਦਾ ਮੁੱਦਾ ਆਖੀ ਵੱਡੀ ਗੱਲ ਕਾਂਗਰਸ ਨੇ ਚਾਲੀ ਅਤੇ ਭਾਜਪਾ ਨੇ 25 ਸੀਟਾਂ ਦੇ ਦਰਜ ਕੀਤੀ ਜਿੱਤ ਹੁਣ ਖਬਰਾਂ ਵਿਸਤਾਰ ਨਾਲ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਹੈ ਖਬਰਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਨਾਲ ਨਾਲ ਵੀਡੀਓ ਨੂੰ ਲਾਈਕ ਵੀ ਸ਼ੇਅਰ ਤੇ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਮਹੱਤਵਪੂਰਨ ਖਬਰਾਂ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਕੈਨੇਡਾ ਜਾਣ ਵਾਲੇ ਲਈ ਖੁਸ਼ਖਬਰੀ ਹੈ ਟਰੂਡੋ ਸਰਕਾਰ ਨੇ ਇੱਕ ਵਾਰ ਫਿਰ ਵੱਡਾ ਐਲਾਨ ਕਰਦਿਆ ਆਖਿਆ ਗਿਆ ਕਿ ਅਗਲੇ ਸਾਲ 2023 ਤੋਂ ਅਜਿਹੇ ਵਰਕ ਪਰਮਿਟ ਦਿੱਤੇ ਜਾਣਗੇ ਕਿ ਵਿਅਕਤੀ ਆਪਣੇ ਜੀਵਨ ਸਾਥੀ ਨੂੰ ਵੀ ਕੈਨੇਡਾ ਵਿੱਚ ਕੰਮ ਲਈ ਬੁਲਾ ਸਕੇਗਾ ਇਸ ਨਾਲ ਭਾਰਤੀਆਂ ਖਾਸ ਕਰ ਪੰਜਾਬੀਆਂ ਨੂੰ ਵੱਡਾ ਫਾਇਦਾ ਹੋਵੇਗਾ ਕਿਉਂਕਿ ਮੰਨੇ ਜਾ ਰਿਹਾ ਹੈ ਕਿ ਇਹਨਾਂ ਓਪਨ ਪਰਮਿਟ ਧਾਰਕਾਂ ਦੇ ਜ਼ਿਆਦਾਤਰ ਗਿਣਤੀ ਵਿੱਚ ਪੰਜਾਬੀ ਸ਼ਾਮਲ ਹਨ ਏਜੰਸੀ ਦੇ ਮੁਤਾਬਕ ਕੈਨੇਡਾ ਦੇ ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਤਾ ਮੰਤਰੀ ਸ਼ਿਆਨ ਫਰੀਜ਼ਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੱਜ ਅਸੀਂ ਇੱਕ ਐਲਾਨ ਕਰ ਰਹੇ ਹਾਂ ਜਿਸ ਨਾਲ ਮਾਲਕਾਂ ਲਈ ਕੰਮ ਲੱਭਣਾ ਆਸਾਨ ਹੋ ਜਾਵੇਗਾ ਕੰਮ ਇਹ ਜਦੋਂ ਤੱਕ ਇੱਥੇ ਹਨ ਤਦੋਂ ਤੱਕ ਪਰਿਵਾਰ ਨਾਲ ਰਹਿ ਸਕਣਗੇ ਅਗਲੀ ਖਬਰ ਰੇਤੇ ਬਜਰੀ ਦੀਆਂ ਵਧੀਆਂ ਕੀਮਤਾਂ ਤੇ ਹਰਜੋਤ ਬੈਂਸ ਨੇ ਮੰਗੀ ਮੁਆਫੀ ਲੁਧਿਆਣਾ ਚ ਦੋ ਦਿਨੀ ਸੂਬਾ ਪੱਧਰੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਖੇਡਾਂ ਦੀ ਸ਼ੁਰੂਆਤ ਹੋਈ ਉਹਨਾਂ ਖੇਡਾਂ 'ਚ 1200 ਤੋਂ ਵੱਧ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ ਸਿੱਖਿਆ ਮੰਤਰੀ ਹਰਜੋਤ ਪੈਂਸ ਵੱਲੋਂ ਇਹਨਾਂ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਉਹਨਾਂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਹਾਲਾਂਕਿ ਤੈਹ ਸਮੇਂ ਤੋਂ ਇੱਕ ਘੰਟਾ ਲੇਟ ਸਮਾਗਮ ਚ ਪੁੱਜੇ ਇਸ ਦੌਰਾਨ ਕਿਹਾ ਗਿਆ ਕਿ ਬੱਚਿਆਂ ਲਈ ਪਹਿਲੀ ਵਾਰ ਸੂਬਾ ਪੱਧਰੀ ਖੇਡਾਂ ਹੋ ਰਹੀਆਂ ਹਨ ਉਹਨਾਂ ਕਹਿ ਕੇ ਇਹਨਾਂ ਬੱਚਿਆਂ ਦਾ ਟੈਲੈਂਟ ਵੀ ਇਸ ਪੱਧਰ ਤੇ ਬਾਹਰ ਆਵੇਗਾ ਉਹਨਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਨਾਲ ਹੀ ਪੱਤਰਕਾਰ ਨਾਲ ਗੱਲਬਾਤ ਕਰਦੇ ਆਖਿਆ ਕਿ ਅਸੀਂ ਸਕੂਲਾਂ ਦਾ ਬਿਜਲੀ ਕਨੈਕਸ਼ਨ ਨਹੀਂ ਕੱਟਿਆ ਜਾਵੇਗਾ ਤੇ ਅਸੀਂ ਬਿੱਲ ਅਦਾ ਕਰਾਂਗੇ ਉਹਨਾਂ ਕਹਿ ਕੇ ਮੀਡੀਆ ਦੇ ਉਹਨਾਂ ਦੇ ਗੱਲ ਜਿਹੜੀ ਹੈ ਧਿਆਨ ਦੇ ਵਿੱਚ ਹੈ ਨਾਲ ਹੀ ਉਹਨਾਂ ਨੇ ਮਾਫੀ ਮੰਗੀ ਕਿ ਜਿਹੜੇ ਬਿਹਿੱਤੇ ਤੇ ਬਿਜੜੀ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਜਲਦ ਇਸ ਦਾ ਮਸਲਾ ਹੱਲ ਕੀਤਾ ਜਾਵੇਗਾ ਅਗਲੀ ਖਬਰ ਪੰਜਾਬ ਦੇ ਸਕੂਲਾਂ 'ਚ ਬਿਜਲੀ ਕਨੈਕਸ਼ਨ ਨੂੰ ਲੈ ਕੇ ਜਿਹੜਾ ਸਿੱਖਿਆ ਮੰਤਰੀ ਨੇ ਐਲਾਨ ਕੀਤਾ ਹੈ ਕਨੈਕਸ਼ਨਾਂ ਨੂੰ ਲੈ ਕੇ ਜਿਹੜੇ ਪਾਵਰ ਕਮਨ ਦੇ ਵੱਲੋਂ ਕਟਟੇ ਗਏ ਕਨੈਕਸ਼ਨ ਹੈ ਸਕੂਲਾਂ ਦੇ ਉਹਨਾਂ ਨੂੰ ਲੈ ਕੇ ਵੱਡੀ ਗੱਲ ਆਖੀ ਹੈ ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਪਾਵਰ ਕਮਨ ਨੂੰ ਚਿੱਠੀ ਲਿਖਣਗੇ ਕਿ ਅਜਿਹੇ ਸਕੂਲਾਂ ਦੇ ਕਨੈਕਸ਼ਨ ਨਾ ਕੱਟਣ ਕਿਉਂਕਿ ਪ੍ਰੀਖਿਆ ਦੇ ਦਿਨ ਹਨ ਬੱਚਿਆਂ ਦੀ ਪੜਾਪ ਜਿਹੜੀ ਇਹ ਪੜ੍ਹਾਈ ਖਰਾਬ ਹੋ ਸਕਦੀ ਹੈ ਅਗਲੀ ਖਬਰ ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਨਜਾਇਜ਼ ਸ਼ਰਾਬ ਤੇ ਪੰਜਾਬ ਸਰਕਾਰ ਕਰੇਗੀ ਵੱਡਾ ਐਕਸ਼ਨ સુપ્રીમ કોર્ટ ਦੀ ਟਿੱਪਣੀ ਮਗਰੋਂ ਪੰਜਾਬ ਸਰਕਾਰ ਨੇ ਨਜਾਇਜ਼ ਸ਼ਰਾਬ ਉੱਪਰ ਸ਼ਿਕੰਜਾ ਕਸਣ ਦੀ ਤਿਆਰੀ ਵਧ ਦਿੱਤੀ ਹੈ ਸਰਕਾਰੀ ਸੂਤਰਾਂ ਮੁਤਾਬਕ ਆបਕਾਰੀ ਵਿਭਾਗ ਤੇ ਆបਕਾਰੀ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਵਿਰੁੱਧ ਸਾਂਝੀ ਮਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਆਮ ਲੋਕਾਂ ਨੂੰ ਨਜਾਇਜ਼ ਸ਼ਰਾਬ ਦੇ ਧੰਦੇ ਵਿਰੁੱਧ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਮਹਿੰਮ ਚਲਾਈ ਜਾਵੇਗੀ ਦੱਸ ਦਈਏ ਕਿ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਸੀ ਕਿ ਪੰਜਾਬ ਵਿੱਚ ਥਾਂ-ਥਾਂ ਸ਼ਰਾਬ ਦੀਆਂ ਪੱਠੀਆਂ ਚੱਲ ਰਹੀਆਂ ਹਨ ਪੁਲਿਸ ਕੋਲ ਕੋਈ ਕਾਰਵਾਈ ਨਹੀਂ ਹੈ ਇਸ ਨਾਲ ਪੰਜਾਬ ਦੀ ਨੌਜਵਾਨੀ ਤਬਾਹ ਹੋ ਗ ਜਾਵੇਗੀ ਇਸ ਮਗਰੋਂ ਪੰਜਾਬ ਸਰਕਾਰ ਦੀ ਕਾਫੀ ਆਲੋਚਨਾ ਹੋਈ ਸੀ ਅਗਲੀ ਖਬਰ ਕਾਂਗਰਸ ਅਮਾਚਲ ਦੇ ਵਿਧਾਇਕਾਂ ਨੂੰ ਆਪਰੇਸ਼ਨ ਲੋਟਸ ਤਹਿਤ ਰਾਜਸਥਾਨ ਵਿੱਚ ਭੇਜਣ ਦੀ ਯੋਜਨਾ ਬਣਾ ਰਹੀ ਹੈ ਸੂਤਰਾਂ ਦੇ ਮੁਤਾਬਕ ਇਹ ਖਬਰ ਆਈ ਹੈ ਸੂਤਰਾਂ ਮੁਤਾਬਕ ਕਾਂਗਰਸ ਹਿਮਾਚਲ ਪ੍ਰਦੇਸ਼ ਦੇ ਵਿਧਾਇਕਾਂ ਨੂੰ ਰਾਜਸਥਾਨ 'ਚ ਸ਼ਿਫਟ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਭਾਜਪਾ ਤੇ ਉਹਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ਾਂ ਨੂੰ ਰੋਕਿਆ ਜਾ ਸਕੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਗੇਲ ਅਤੇ ਸੀਨੀਅਰ ਨੇਤਾ ਭពਿੰਦਰ ਸਿੰਘ ਹੁੱਡਾ ਨੂੰ ਅਪਰੇਸ਼ਨ ਲੋਟਸ ਵਿਧਾਇਕਾਂ ਨੂੰ ਤਬਦੀਲ ਕਰਨ ਦਾ ਕੰਮ ਸੌਂਪਿਆ ਗਿਆ ਹੈ ਵਿਧਾਇਕਾਂ ਨੂੰ ਬੱਸਾਂ ਵਿੱਚ ਰਾਜਸਥਾਨ ਲਿਜਾਏ ਜਾਣ ਦੀ ਸੰਭਾਵਨਾ ਸੂਤਰਾਂ ਨੇ ਦੱਸਿਆ ਹੈ ਕਿ AICC ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾੜਾ ਨਿੱਜੀ ਤੌਰ ਤੇ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ ਤੇ ਉਹਨਾਂ ਦੇ Shimla ਪਹੁੰਚਣ ਦੀ ਵੀ ਉਮੀਦ ਦੱਸੀ ਜਾ ਰਹੀ ਹੈ ਇਸ ਦਿਨ ਵਾਲੀ ਵਧਾਂ ਕਿ ਅਗਲੀ ਖਬਰ ਦੇ ਬਾਅਦ ਪੰਜਾਬ ਸਰਕਾਰ ਵੱਲੋਂ ਘਰੇਲੂ ਖਪਤਕਾਰਾਂ ਨੂੰ ਮੁਫਤ ਬਿਜਲੀ ਦਾ ਤੋਹਫਾ ਦਿੱਤੇ ਜਾਣ ਤੋਂ ਬਾਅਦ ਠੱਪ ਪਏ ਪਾਵਰ ਕਾਮ ਦੀ ਵਿੱਤੀ ਹਾਲਤ ਨਾਲ ਨਿਪਟਣ ਲਈ ਪਾਵਰ ਕਾਮ ਨੇ ਆਪਣੇ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਰੈਗੂਲੇਟਰੀ ਕਮਿਸ਼ਨ ਦੀ ਮਨਜ਼ੂਰੀ ਤੋਂ ਬਾਅਦ ਪਾਵਰ ਕਾਮ ਨੇ ਪਿਛਲੇ ਅਕਤੂਬਰ ਮਹੀਨੇ ਵਿੱਚ ਘਰੇਲੂ ਅਤੇ ਗੈਰ ਰਿਹਾਇਸ਼ੀ ਖਪਤਕਾਰਾਂ ਲਈ ਆਪਣੇ ਅਣ ਅਧਿਕਾਰਤ ਬਿਜਲੀ ਲੋਡ ਨੂੰ ਨਿਯਮਤ ਕਰਨ ਲਈ ਸਵੈ ਇੱਛਕ ਯੋਜਨਾ ਸਕੀਮ ਜਿਹੜੀ ਹੈ ਲਾਗੂ ਕੀਤੀ ਸੀ ਪਰ ਖਪਤਕਾਰਾਂ ਵੱਲੋਂ ਇਸ ਨੂੰ ਕੋਈ ਹੰਗਾਰਾ ਨਹੀਂ ਮਿਲਿਆ ਇਸ ਕਾਰਨ ਪਾਵਰ ਕਾਮ ਨੇ ਹੁਣ ਇਸ ਉੱਤੇ ਕਾਰਵਾਈ ਕਰਨ ਲਈ ਕਮਿਸ਼ਨ ਤੋਂ ਪ੍ਰਵਾਨਗੀ ਲੈ ਲਈ ਹੈ ਅਗਲੀ ਖਬਰ ਭਾਜਪਾ ਨੂੰ ਜਿੱਤ ਦੇਖਦੇ ਹੋਏ ਕਾਂਗਰਸੀ ਆਗੂ ਨੂੰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਗੁਜਰਾਤ 'ਚ ਧਿਆਨ ਦੇ ਵਿੱਚ ਆਇਆ ਕਿ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਹਨ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਸਾਰੀ VOTING ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ ਦੱਸਦੀ ਹੈ ਕਿ ਚੋਣ ਕਮਿਸ਼ਨ ਦੀ ਵੈਬਸਾਈਟ ਤੇ ਮੌਜੂਦਾ ਤਾਜ਼ਾ ਅੰਕੜਿਆਂ ਮੁਤਾਬਕ ਜਿਹੜੀ ਹੈ ਤੁਹਾਨੂੰ ਖਾਸ ਤੌਰ ਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਤੇ ਇੱਕ ਦੌਰਾਨ ਜਿਹੜੀ ਘਟਨਾ ਵਾਪਰੀ ਹੈ ਗਾਂਧੀ ਧਾਮ ਤੋਂ ਉਮੀਦਵਾਰ ਭਰਤ ਸੋਲੰਕੀ ਨੇ ਵੀ ਕਾਊਂਟਿੰਗ ਸਟੇਸ਼ਨ ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਭਰਤ ਸੋਲੰਕੀ ਨੇ ਈਵੀਐਮ ਵਿੱਚ ਗੜਬੜੀ ਦਾ ਦੋਸ਼ ਲਾਉਂਦੇ ਹੋਏ ਗਲੇ ਵਿੱਚ ਫੰਦਾ ਬੰਨ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਗਲੀ ਖਬਰ ਆਸਟ੍ਰੇਲੀਆ ਚ ਵਾਪਰਿਆ ਦਰਦਨਾਕ ਸੜਕ ਹਾਦਸਾ ਆਸਟ੍ਰੇਲੀਆ ਦੇ ਵਿੱਚ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਇੱਕ 34 ਸਾਲਾ ਪੰਜਾਬੀ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ ਜਦਕਿ ਇਹ ਹਾਦਸੇ ਦੇ ਵਿੱਚ ਉਸਦੇ ਦੋ ਬੱਚਿਆਂ ਸਮੇਤ ਚਾਰ ਹੋਰ ਜ਼ਖਮੀ ਹੋ ਗਏ ਹਨ ਜਦੋਂ ਇਹ ਹਾਦਸਾ ਵਾਪਰਿਆ ਉਦੋਂ ਸੁਖਦੀਪ ਸਿੰਘ ਆਪਣੀ ਪਤਨੀ ਦੋ ਬੱਚਿਆਂ ਤੇ ਇੱਕ ਦੋਸਤ ਨਾਲ 4 ਦਸੰਬਰ ਨੂੰ ਵਿਕਟੋਰੀਆ ਰਾਜ ਦੇ ਮਾਉਂਟ ਕੰਟਰੋਲ ਕਾਟਰੇਲ ਦੇ ਪੱਛਮੀ ਓਪਨ ਨਗਰ ਦੇ ਵਿੱਚ ਕਾਰ ਸਫਰ ਕਰ ਰਹੇ ਸਨ ਵਿਕਟੋਰੀਆ ਪੁਲਿਸ ਦੇ ਇੱਕ ਬਿਆਨ ਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਪੰਜ ਸਵਾਰੀਆਂ ਵਾਲਾ ਵਾਹਨ ਸ਼ਾਮ 4 ਵਜੇ ਤੋਂ ਠੀਕ ਬਾਅਦ ਡਹਰਟਿਸ ਰੋਡ ਤੋਂ ਲੰਘਿਆ ਸੀ ਵਾਹਨ ਨੇ ਕਈ ਵਾਰ ਪਲਟੀਆਂ ਖਾਦੀਆਂ ਬੈਂ ਦੇ ਵਿੱਚ ਆਇਆ ਕਿ ਇੱਕ ਪੁਰਸ਼ ਯਾਤਰੀ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਇੱਕ ਮੈਲਾ ਯਾਤਰੀ ਤੇ ਦੋ ਬੱਚੇ ਗੰਭੀਰ ਰੁਕਤੇ ਵਿੱਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਖਬਰ ਜਲੰਧਰ ਤੋਂ ਆ ਰਹੀ ਹੈ ਕੱਪੜਾ ਵਪਾਰੀ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਦੀ ਮੌਤ ਸੀਐਮ ਆਨ ਨੇ 2 ਕਰੋੜ ਦੇਨ ਦਾ ਐਲਾਨ ਕੀਤਾ ਥਾਣਾ ਸਿਟੀ ਨਕੂਦਰ ਤੋਂ ਸਿਰਫ 300 ਮੀਟਰ ਦੀ ਦੂਰੀ ਦੇ 39 ਸਾਲਾ ਕੱਪੜਾ ਵਪਾਰੀ ਭੁਪਿੰਦਰ ਸਿੰਘ ਟਿੰਮੀ ਦੀ ਬੁੱਧਵਾਰ ਰਾਤ ਕਰੀਬ 8:40 ਮਿੰਟ ਤੇ ਹੱਤਿਆ ਕੀਤੀ ਗਈ ਜਦਕੇ ਸਰਕਾਰੀ ਗਨਮੈਨ ਕਾਂਸਟੇਬਲ ਮਨਦੀਪ ਸਿੰਘ ਜ਼ਖਮੀ ਹੋ ਗਿਆ ਜਿਸ ਦਾ ਵੀ ਇਲਾਜ ਦੌਰਾਨ ਮੌਤ ਹੋਣ ਦੀ ਖਬਰ ਮਿਲੀ ਹੈ ਗਨਮੈਨ ਦੀ ਮੌਤ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਉਸਦੇ ਪਰਿਵਾਰ ਨੂੰ 2 ਕਰੋੜ ਰੁਪਏ ਦੇਨ ਦਾ ਐਲਾਨ ਕੀਤਾ ਹੈ ਦੱਸਣਯੋਗ ਹੈ ਕਿ ਥਾਣਾ ਸਿਟੀ ਨਗੋਦਰ ਤੋਂ ਮੈਚ 300 ਮੀਟਰ ਦੂਰ ਜਿਹੜਾ ਰਾਇਲ ਟਾਵਰ ਦੇ ਬਾਹਰ ਬਾਈਕ ਸਵਾਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਸਿਟੀ ਜਿਹੜਾ ਸਿੱਟੇ ਤੇ ਵੱਜੋਂ ਕਾਰ ਦੀ ਡਰਾਈਵਰ ਸੀਟ ਤੇ ਬੈਠੇ ਟੀਮੀ ਦੀ ਛਾਤੀ ਦੇ ਕੋਲ ਚਾਰ ਗੋਲੀਆਂ ਲੱਗੀਆਂ ਜਦਕਿ ਗਨਮੈਨ ਜਿਹੜਾ ਮਨਦੀਪ ਸਿੰਘ ਜ਼ਖਮੀ ਹੋ ਗਿਆ ਦੋਨਾਂ ਨੂੰ ਪਹਿਲਾਂ ਹਸਪਤਾਲ ਲਿਜਾਇਆ ਗਿਆ ਪਰ ਉਥੋਂ ਉਹਨਾਂ ਨੂੰ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਇਸ ਦੌਰਾਨ ਟੀਮੀ ਦੀ ਮੌਤ ਹੋ ਗਈ ਸੀ ਤੇ ਗਨਮੈਨ ਮਨਦੀਪ ਸਿੰਘ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ 37 ਦਿਨ ਪਹਿਲਾਂ 1 ਨਵੰਬਰ ਨੂੰ ਪਾਕਿਸਤਾਨ ਚ ਬੈਠੇ ਹੱਤਵਾਦੀ ਰਿੰਦਾ ਨੇ ਕੱਪੜਾ ਵਪਾਰੀ ਨੂੰ ਫੋਨ ਕਰਕੇ ਸੋਸ਼ਲ ਮੀਡੀਆ ਰਾਹੀਂ 30 ਲੱਖ ਦੀ ਫਰੋਤੀ ਮੰਗੀ ਸੀ ਇਸ ਤੋਂ ਬਾਅਦ ਕਾਰੋਬਾਰੀ ਨੂੰ ਸਰਕਾਰੀ ਗਨਮੈਨ ਦਿੱਤਾ ਗਿਆ ਕਾਤਲਾਂ ਦੀ ਗਿਣਤੀ 3 ਤੋਂ 4 ਦੱਸੀ ਜਾ ਰਹੀ ਹੈ ਹਾਲਾਂਕਿ ਪਾਕਿਸਤਾਨ ਤੋਂ ਖਬਰ ਆਈ ਸੀ ਕਿ ਰਿੰਦਾ ਦੀ ਮੌਤ ਹੋ ਗਈ ਹੈ ਹੁਣ ਸਵਾਲ ਇਹ ਹੈ ਕਿ ਜੇਕਰ ਰਿੰਦਾ ਮਰਿਆ ਤਾਂ ਕਤਲ ਕਿਸ ਦੇ ਇਸ਼ਾਰੇ ਤੇ ਇਿੱਟਾ ਗਿਆ ਫਰौती ਮੰਗਣ ਲਈ ਇੱਕ ਅੰਤਰਰਾਸ਼ਟਰੀ ਮੋਬਾਈਲ ਨੰਬਰ ਦੀ ਵਰਤੋਂ ਕੀਤੀ ਗਈ ਹੈ। ਅਗਲੀ ਖਬਰ ਸੰਤ ਸੀਚੇਵਾਲ ਨੇ ਰਾਜ ਸਭਾ ਦੇ ਵਿੱਚ ਪਾਣੀ ਦਾ ਮੁੱਦਾ ਚੁੱਕਿਆ। ਉਹਨਾਂ ਨੇ ਪਾਰਲੀਮੈਂਟ 'ਚ ਪਾਣੀ ਦੇ ਮੁੱਦੇ ਨੂੰ ਲੈ ਕੇ ਵੱਡੀਆਂ ਗੱਲਾਂ ਆਖੀਆਂ। ਉਹਨਾਂ ਕਹੇ ਕਿ ਪਾਣੀ ਮੁੱਕ ਰਿਹਾ, ਪਾਣੀ ਸੁੱਕ ਰਿਹਾ, ਪੰਜਾਬ ਦੀ ਧਰਤੀ, ਪੰਜ ਦਰਿਆਵਾਂ ਦੀ ਧਰਤੀ ਬੇਆਬ ਹੋ ਰਹੀ ਹੈ। ਪਾਣੀ ਦੀ ਸਥਿਤੀ ਦੀ ਰਿਪੋਰਟ ਉੱਨੀ ਮੁਤਾਬਕ ਤਾਮਿਲਨਾਡੂ 'ਚ ਪੰਜਾਬ ਬੋਗਿਆਂ ਦੀ ਟ੍ਰੇਨ ਪਾਣੀ ਦੀ ਸਪਲਾਈ ਲਈ ਸਪਲਾਈ ਲਈ ਜਾ ਰਹੀ ਹੈ। ਇਸੇ ਤਰ੍ਹਾਂ 21 ਹੋਰ ਸੂਬਿਆਂ 'ਚ 10 ਕਰੋੜ ਲੋਕ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ। ਅਗਲੀ ਖਬਰ ਕਾਂਗਰਸ ਨੇ 40 ਅਤੇ ਭਾਜਪਾ ਨੇ 25 ਸੀਟਾਂ ਤੇ ਦਰਜ ਕੀਤੀ ਜਿੱਤ। ਹਿਮਾਚਲ ਵਿਧਾਨ ਸਭਾ ਚੋਣਾਂ ਲੜ ਰਹੀ 412 ਉਮੀਦਵਾਰਾਂ ਤੇ ਜਨਤਾ ਦਾ ਫੈਸਲਾ ਆ ਗਿਆ। ਇਸ ਦੇ ਵਿੱਚ ਕਾਂਗਰਸ ਨੇ 40 ਅਤੇ ਭਾਜਪਾ ਨੇ 25 ਸੀਟਾਂ ਤੇ ਦਰਜ ਜਿੱਤ ਕਰ ਲਈ ਹੈ ਤੇ ਆਜ਼ਾਦ ਉਮੀਦਵਾਰਾਂ ਕੋਲ 3 ਸੀਟਾਂ ਬਰਕਰਾਰ ਹਨ। ਅਗਲੀ ਖਬਰ ਦਾਦੂਵਾਲ ਦੀ ਮੌਤ ਮਾਤਾ ਤੇ ਭੋਗ ਚ helicopter ਆਹੀਂ ਪੂਜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਰਾਧਾ ਸਵਾਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਥੇ ਪਿੰਡ ਦਾਦੂ ਸਿੰਘ ਵਿੱਚ ਜਿਹੜਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂ ਵਾਲਾ ਦੀ ਮਾਤਾ ਦੇ ਭੋਗ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਲਈ helicopter ਆਹੀਂ ਔਡਾ ਸਥਿਤ ਰਾਧਾ ਸਵਾਮੀ ਸਾਸਾਂ ਘਰ ਪਹੁੰਚੇ ਇਸ ਮੌਕੇ ਉਹਨਾਂ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੋਏ ਸਨ ਅਗਲੀ ਖਬਰ ਚਲਦੀ ਬੱਸ ਵਿੱਚ ਦੋ ਔਰਤਾਂ ਡਿੱਗੀਆਂ ਇੱਕ ਦੀ ਮੌਤ ਸ਼ਾਹਕੋਟ ਤੋਂ ਖਬਰ ਹੈ ਇੱਥੇ ਦੇਰ ਸ਼ਾਮ ਚਲਦੀ ਬੱਸ ਵਿੱਚ ਦੋ ਔਰਤਾਂ ਬਾਹਰ ਡਿੱਗ ਪਈਆਂ ਇਸ ਹਾਦਸੇ ਵਿੱਚ ਇੱਕ ਔਰਤ ਦੀ ਇਸ ਘਟਨਾ ਸਥਾਨ ਤੇ ਮੌਤ ਹੋ ਗਈ ਜਦੋਂ ਕਿ ਦੂਜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਰੋਡ 'ਤੇ ਫਰੋਈਪੁਰ ਡਿੱਪੂ ਦੀ ਬੱਸ ਜਲੰਧਰ ਤੋਂ ਫਰੋਈਪੁਰ ਜਾ ਰਹੀ ਸੀ ਬੱਸ ਜਿਵੇਂ ਹੀ ਸ਼ਾਹਕੋਟ ਤੋਂ ਅੱਗੇ ਪਰਜੀਆਂ ਕਲਾਂ ਵਾਲੇ ਮੋੜ ਤੇ ਪਹੁੰਚੀ ਤਾਂ ਇੱਕ ਮੋਟਰਸਾਈਕਲ ਸਵਾਰ ਨੂੰ ਚਾਉਂਦਾ ਕੱਟ ਵੱਜਣ ਕਾਰਨ ਸੁਰਿੰਦਰ ਕੌਰ ਤੇ ਉਸ ਦੀ ਦਰਾਨੀ ਜਗਜੀਤ ਕੌਰ ਵਾਸੀ ਬਾਜੇ ਕੇ ਤਹਿਸੀਲ ਧਰਮਕੋਟ ਬੱਸ ਵਿੱਚ ਵਾਢ ਗੀਆਂ ਇਸ ਮਗਰੋਂ ਦੋਵੇਂ ਜ਼ਖਮੀ ਔਰਤਾਂ ਨੂੰ ਇਲਾਜ ਦੇ ਪਾਸਤੇ ਤੁਰੰਤ ਹਸਪਤਾਲ ਸ਼ਾਹਕੋਟ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਸੁਰਿੰਦਰ ਕੌਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਖਬਰ ਬਠਿੰਡਾ ਤੋਂ ਆਇਆ ਸਰਕਾਰੀ ਹਸਪਤਾਲ ਚੋ ਬੱਚਾ ਚੋਰੀ ਦੇ ਮਾਮਲੇ ਦੇ ਵਿੱਚ ਐਸਐਸਪੀ ਬਠਿੰਡਾ ਜੇ ਐਲਨ ਚੇਲੀਨ ਦੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੇ 60 ਘੰਟੇ ਅੰਦਰ ਅੰਦਰ ਬੱਚੇ ਨੂੰ ਬਰਾਮਦ ਕਰਕੇ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਘਟਨਾ ਸੰਬੰਧੀ ਉਹਨਾਂ ਦੱਸਿਆ ਕਿ ਬੱਚਾ ਚੋਰੀ ਕਰਨ ਵਾਲੀ ਔਰਤ ਦਾ ਕਹਿਣਾ ਸੀ ਕਿ ਉਸਦਾ ਬੱਚਾ ਮਰ ਗਿਆ ਸੀ ਜਿਸ ਦੇ ਗੰਮ ਵਿੱਚ ਉਸਨੇ ਬੱਚਾ ਚੋਰੀ ਕਰਕੇ ਦਾਗ ਧੋਣ ਦੀ ਕੋਸ਼ਿਸ਼ ਕੀਤੀ ਕਿ ਮੇਰਾ ਬੱਚਾ ਜਾਉਂਦਾ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾ ਮਾਂ ਕੁਲਵਿੰਦਰ ਕੌਰ ਤੀ ਸਿਮਰਨਜੀਤ ਕੌਰ ਅਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਬੁੱਧਵਾਰ ਨੂੰ ਐਸਐਸਪੀ ਜੇ ਚੈ ਐਲਨ ਚੇਲੀਅਨ ਨੇ ਸਿਵਲ ਹਸਪਤਾਲ ਪਹੁੰਚ ਕੇ ਬੱਚੇ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ। ਅਗਲੀ ਖਬਰ ਮਾਨਸਾ ਪੁਲਿਸ ਨੇ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰ ਤੌਲਖ ਤੋਂ ਖੁਦ ਜਿਹੜੀ ਹੈ ਖੁਦ ਪੁੱਛਗਿੱਛ ਕੀਤੀ ਹੈ ਗਾਇਕ ਬੱਬੂ ਮਾਨ ਅਤੇ ਮਨਕੀਰ ਤੌਲਖ ਦੁਬਾਰ ਮਾਨਸਾ ਪਹੁੰਚੇ ਜਿੱਥੇ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਹੈ ਪੁੱਛਗਿੱਛ ਪੜਤਾਲ ਮਾਨਸਾ ਦੇ ਸੀਆਈਏ ਦਫ਼ਤਰ ਵਿਚਕਾਰ ਹੋਈ ਦੱਸਣਯੋਗ ਹੈ ਕਿ ਮਾਨਸਾ ਪੁਲਿਸ ਨੇ ਸੋਮਵਾਰ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਬੱਬੂ ਮਾਨ ਮਨਕੀਰ ਤੌਲਖ ਦਿਲਪੁਰੇ ਢਿੱਲੋਂ ਤੇ ਮਾਰੇ ਗਏ ਯੂਥ ਅਕਾਲੀ ਦਲ ਆਗੂ ਵਿੱਕੀ ਮਿੱਡੂ ਖੜਾ ਦੇ ਭਰਾ ਜੇਪਾਲ ਮਿੱਡੂ ਫੇੜਾ ਨੂੰ ਤਾਲਬ ਕੀਤਾ ਸੀ ਸੋ ਇਹ ਸਾਨੂੰ ਅੱਜ ਦੀਆਂ ਮੁੱਖ ਖਬਰਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਮਿਲਦੇ ਹਾਂ ਖਬਰਾਂ ਦੇ ਅਗਲੇ ਤਾਜ਼ਾ ਬੁਲੇਟਨ ਦੇ ਨਾਲ ਤਦ ਤੱਕ ਦੇ ਲਈ ਮਿਹਰਬਾਨੀ ਧੰਨਵਾਦੀ